ਸਤਿ ਸ੍ਰੀ ਅਕਾਲ ਹੋ ਗਈ ਹੈ ਕਹਿੰਦਾ ਕਿੱਥੇ ਆ ਗਏ ਕਹਿੰਦਾ ਉੱਥੇ ਆ ਗਏ ਕਹਿੰਦਾ ਉੱਥੇ ਆ ਗਏ ਜਿੱਥੇ ਉਤਲੇ ਲੈਵਲ ਦੀ ਗੱਲਬਾਤ ਹੈ ਮੇਰੇ ਵੀਰੋ ਕਹਿੰਦਾ ਵੱਡੇ ਵੱਡੇ ਪਹਾੜ ਦੇ ਨਾਲ ਵੱਡੀਆਂ ਵੱਡੀਆਂ ਪਹਾੜੀਆਂ ਛੋਟੇ ਛੋਟੇ ਬੱਚੇ ਤੇ ਛੋਟੀਆਂ ਛੋਟੀਆਂ ਨਾਰੀਆਂ 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 ਦੇਖੋ ਨਾਰੀਆਂ ਰਾਜਸਥਾਨ ਹੈ ਤਾਂ ਵੀਰ ਆਪਣਾ ਤੈਨੂੰ ਖਤਰਾ ਜੀਣ ਦੋ ਇਹ ਦੇਖੋ ਜੀ ਸੈਮੀ ਗੱਡੀ ਹੈ ਇਹਨਾਂ ਲੋੜ ਲੱਗਿਆ ਕਿੰਨੇ ਟਾਇਰ ਨੇ ਇਸ ਗੱਡੀ ਦੇ ਛੋਟੀ ਹੈ ਚਾਹੇ ਵੱਡੀ ਹੈ ਗੱਡੀ ਐਸੀ ਹੈ ਆਹ ਸਾਡੇ ਵਾਲਾ ਕਿੱਥੇ ਚੱਲਦਾ ਆਹ ਵੇਖੋ ਇਹਨੂੰ ਪਿੱਛੇ ਸਬਰ ਨਹੀਂ ਆਉਂਦੀ ਭਾਈ ਆ ਕੇ ਲੈ ਜਾਂਦਾ ਪਿੱਛੇ ਲਾ ਲੈ ਗੱਡੀ ਢਿੱਲੋ ਮੋਟਰ ਸ਼ੈਂਪੀ ਦੀ ਰੇਡੀ ਦੀ ਡੱਡੀ ਇੱਕ ਪਿੱਛੇ ਕਾਰ ਵਾਲਾ ਲਾਈਟਾਂ ਮਾਰਦੀ ਆਉਂਦੀ ਆਏ ਵੇ ਲਾਈਟਾਂ ਨੇ ਬਾਹਰ ਜਾਲਵਾ ਆਏ ਸਿਰਾ ਕਹਿੰਦੇ ਐਂਡ ਲੈਵਲ ਦੇ ਪਹਾੜ ਆ ਚੁੱਕੇ ਨੇ ਮੇਰੇ ਵੀਰੇ ਉਹ ਤੇ ਸਿਰਾ ਲੈਵਲ ਦੀ ਗੱਲਬਾਤ ਉਤਲੇ ਲੈਵਲ ਦੀਆਂ ਗੱਲਾਂ ਬਾਤਾਂ ਨਾਲ ਸਿਰਾ ਐਂਡ ਹੋਇਆ ਪਿਆ ਤੇ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਅੱਗੇ ਕਿਆ ਬਾਤਾਂ ਨੇ ਸਰਦਾਰ ਸਾਹਿਬ ਜੀ ਜਿੰਦਾਬਾਦ ਜਾਲਵਾ ਲੁੱਟ ਲਈ ਤੂੰ ਕਿੱਥੋਂ ਦੀ ਰਾਣ ਕਹਿੰਦਾ ਲਾਹੌਰ ਦੀ ਨਹੀਂ ਆ ਕਿਹੜਾ ਏਰੀਆ ਸਾਲਾ ਗੁਜਰਾਤ ਦੀ ਦੁਕਾਨ ਰਾਜਸਥਾਨ ਜੈਪੁਰ ਕਹਿੰਦਾ ਜੈਪੁਰ ਆਓ ਘੁੰਮੀ ਘੁੰਮੀ ਕਰਕੇ ਜਾਓ ਉੱਚੇ ਉੱਚੇ ਪਹਾੜ ਦੇਖੋ ਤੇ ਨਾਲ ਮਹਿਫਲਾਂ ਤੇ ਜਾਓ ਉੱਚੀਆਂ ਪਹਾੜਾਂ ਉੱਤੇ ਰਹਿੰਦਾ ਤਰਾਈ ਯਾਰ ਨਹੀਂ ਆ ਉੱਤੇ ਪਾਉਣਾ ਆਪਾਂ ਘਰ ਜਾਣੇ ਮੋੜ ਵਾਂਗੂ ਫਿਰ ਉੱਤੋਂ ਮਾਰਨੀ ਛਾਲ ਓ ਮਾਂ ਗੁਰੂ ਵਹਾਂ ਪੇ ਹੈ ਕੋਈ ਵਹਾਂ ਪੇ ਮੰਦਿਰ ਹੈ ਯਾਰ ਵਹਾਂ ਪੇ ਹੈ ਇਤਨਾ ਮੇਰੇ ਫੋਨ ਕਾ ਜ਼ੂਮ ਨਹੀਂ ਹੈ ਜਲਦੀ ਜਲਦੀ ਸੇ ਯੂਟਿਊਬ ਸੇ ਇਨਕਮ ਆਨੇ ਤੋ ਫਿਰ ਹਮ 1000 ਪਲੱਸ ਜ਼ੂਮ ਵਾਲਾ ਫੋਨ ਲੈਂਗੇ ਪਰ ਦੂਰ ਸੇ ਜ਼ੂਮ ਕਰ ਦੇਂਗੇ ਫਿਰ ਤੋ ਚੰਦਰ ਗ੍ਰਹਿਣ ਪੇ ਪਹੁੰਚਾ ਦੇਂਗੇ ਆਪਕੋ ਭਾਈ ਸਾਹਿਬ ਕਹਿੰਦਾ ਕਿੱਡਾ ਵਧੀਆ ਮੌਸਮ ਗੱਲਾਂ ਔਸਮ ਕਰੀ ਜਾਂਦੇ ਹਾਂ ਭਰ ਲਈਆ ਅਸੀਂ ਲੁੱਕ ਸੋਹਣੀਏ ਰਾਤ ਚੀਰ ਦੇ ਤੁਰੇ ਜਾਂਦੇ ਹਾਂ ਸਫ਼ਰ ਚੀਰ ਦੇ ਤੁਰੇ ਜਾਂਦੇ ਹਾਂ ਫੋਰ ਲੈਨ ਦੇ ਉੱਤੇ ਕਹਿੰਦਾ ਪਾਉਂਦਾ ਯਾਰਾਂ ਦਾ ਸਿਗਣਾ 40-18 ਖਾਰੂ ਨੀ ਹਾਏ ਸੂਈ ਗੰਜ ਪਾਲੀ ਪਾਲੀ ਕਹਿੰਦਾ ਰਹਿ ਗਿਆ 127 ਕਿਲੋਮੀਟਰ ਪਾਲੀ ਤੇਰੇ ਕੋਲ ਆ ਰਹੇ ਹਾਂ ਪਾਲੀ ਆਏ ਹਾਏ ਦੇਖ ਕਹਿੰਦਾ ਨਜ਼ਾਰਾ ਸਾਹਮਣੇ ਵਾਲਿਆ ਪਹਾੜਾਂ ਦਾ ਹਾਂਜੀ ਸਾਜਨ ਸਿੰਘ ਕਹਿਣਾ ਚਾਹੋਗੇ ਕੁਝ ਮੈਂ ਪਹੁੰਚ ਰਹੇ ਹਾਂ ਅਸੀਂ ਆ ਗਏ ਲੁੱਕ ਲੈ ਗਏ ਲੁੱਕ ਲੈ ਕੇ ਕਹਿੰਦਾ ਆ ਗਏ ਉਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਉਹ ਪੰਜਾਬੀ ਬੋਲਣ ਮੈਂ ਇੰਗਲਿਸ਼ ਵਿੱਚ ਅੜਦਾ ਸੀ ਬਟ ਹੁਣ ਨਹੀਂ ਅਸੀਂ ਇੰਗਲਿਸ਼ ਉਂਗਲਿਸ਼ ਚੜਦੇ ਹਾਂ ਤਾਂ ਚੀਕਾਂ ਪਵਾ ਦੀ ਦੀਆਂ ਮੋਹਰੇ ਵਾਲੇ ਦੀਆਂ ਜਦੋਂ ਇੰਗਲਿਸ਼ 'ਚ ਕਿਹੜਾ ਗੱਲ ਕਰੀਦੀ ਨਾ ਗੱਡੀ ਤੋਂ ਹੁੰਦੇ ਅਗਲਾ ਵੇਖ ਕੇ ਨਾ ਕਿ ਹੈਰਾਨ ਹੋ ਜਾਂਦਾ ਯਾਰ ਮਾੜਾ ਜਿੱਦਾਂ ਬਾਬੀ ਬਰਾਉਂਡ ਦਾ ਫੋਨ ਆ ਗਿਆ ਬਾਬੀ ਬਾਈ ਜਾਨ ਪਤਾ ਨਹੀਂ ਇਹਨੂੰ ਕੀ ਕੰਮ ਬੱਲਾ 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 ਕਹਿੰਦਾ ਲੋਕੇਸ਼ਨ ਵੇਖ ਕਿਰਾ ਰਕਾਨੇ ਨੀ ਓ ਮਾਈ ਗੁਰੂ ਜੈਪੁਰ ਦਾ ਏਰੀਆ ਹੈਗਾ ਪਹਾੜੀ ਇਲਾਕਾ ਦੇਖੋ ਤੁਸੀਂ ਉਸਤਾਦ ਜੀ ਮੈਂ ਤਾਂ ਸੁਣਿਆ ਕਿਤੇ ਰਾਜਸਥਾਨ 'ਚ ਰਿਬਿਆ ਟਿੱਬੇ ਹੀ ਅਗਲੇ ਰੇਤ ਵਾਲੇ ਪਰ ਇੱਧਰ ਤਾਂ ਗੱਲਬਾਤ ਹੀ ਐਂਡ ਹੋਈ ਪਈ ਹੈ ਆਹ ਤਾਂ ਸੀਨ ਮੈਂ ਦੇਖੇ ਨਹੀਂ ਸੀ ਜਿਹੜੇ ਅੱਜ ਦੇਖ ਆਉਂਦੇ ਆ ਲੈ ਲੈ ਭਰਾ ਤੂੰ ਨੱਗ ਤੈਨੂੰ ਅੱਗ ਲੱਗੀ ਤੂੰ ਗਾ ਕਾਜੂ ਭਰੇ ਆ ਕੱਚਾ ਮਾਲ ਸ਼ਿਮਲਾ ਮਿਰਚ ਲੱਦੀ ਫਿਰਦਾ ਲੱਗਦਾ ਆਏ ਹਾਏ ਹਾਏ ਨੀ ਚਾਲ ਮੈਂ ਹੌਲੀ 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 ਬਾਬੇ ਹੌਲੀ ਕਰ ਲਾ ਹੌਲੀ ਕਰ ਲਾ ਡਾਊਨ ਪੈ ਗਿਆ ਕਹਿੰਦਾ ਡਾਊਨ ਪੈ ਗਿਆ ਗੇਰ ਨਿਕਾਹ ਕਰਦੇ ਗੇਰ ਨਿਕਾਹ ਕਰ ਲੈ ਗੇਰ ਨਿਕਾਹ ਕਰ ਲੈ ਪੰਜਾ ਗੇਰ ਪਾ ਦੇ ਹਾਂ ਜਾਂ ਦੇ ਬ੍ਰੇਕ ਤੋਂ ਪੈਰ ਚੱਕ ਕੇ ਸਾਡੇ ਬਾਰੇ ਪੁੱਛ ਲੈ ਤੂੰ ਕਿੰਨਾ ਕੁ ਜ਼ਨਕਾ ਪੁੱਛ ਉਹ ਹੁਕਾ ਬੀਂਦੇ ਭੈਣ ਦੇ ਯਾਰ ਦੇ ਸਾਨੂੰ ਲਵਾਓ ਆਈ ਆਲੀ ਰਹਿਮ ਬਾਲੀ ਬਾਲਾ ਗੇਰ ਜਮ ਕਰਦੇ देखो डाउन पैंदा गा वधिया मतलब की यार वधिया राजस्थान भी एंड आ राजस्थान 10-14 नंबर ਕੋਕੇ ਜੜੇ ਪਏ ਕਹਿੰਦਾ ਕੋਕਾ ਜੜਦਾ ਨੀ ਕੋਕਾ ਵਾਲਾ ਏਸੀ ਸੁੱਟਦਾ ਠੰਡੀ ਹਵਾ ਕੋਲ ਕੋਲ
ਖਰਾਬ ਗਿਆ ਅੱਜ ਆਪਾਂ ਰੂਮ ਫਰੈਸ਼ਨਰ ਲਿਆ ਸਾਡੀ ਗੱਡੀ ਬਦਬੂ ਮਾਰਨ ਲੱਗ ਗਈ ਸੀ ਥੋੜ੍ਹੀ ਥੋੜ੍ਹੀ ਫਿਰ ਆਪਾਂ ਨੇ ਲਿੱਤਾ ਗੋਦਰੇਜ ਵਾਲਿਆਂ ਦਾ सैलानी खड़े यात्रा आले मुंडे यात्रा करन चले दातना करन दा पहले लगे दे दातना करी हाय 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 आ लोकेशन नु ते तरस दे पै सी टलोड़ी कदों दे हाय नी यार गड्डी मस्त आ लोकेशन है वेला कितना नपी दे नपी जान दे आपां तो की जाना अपने बारे दे मेनू नजारे देखण दा तो नजारे आउण दे नजारे जान दा सिरा आ पिया गलबात उतरे लेवल दी है मेरे ब्रो यार ओके यार ते कहदा आज दिल खुश बग दिल खुश बग पाया तुसी साडे चेहरे दी स्मेलां तो साफ कदा ला गड्डी वाली इस चीज दी वेट सी ओ चीज आ चुकी है बाबे अगे टनल आ गई है जिन्नू सुरंग कह जांदा हाय ओए माय गॉड ओ माय गुरु ट्रू लव देखो जी वेदर बहुत कैंड अमेजिंग इधर पुरानी सुरंगा इधर नवी बनती पई हजे वर्क इन प्रोग्रेस चलता पे इधर फोन आ गया मेनू मेरी नाल हां जी मैं थोड़ी देर च कर दा सुरंग पार कर लेंदे माड़ा जिहा ओके स्वागत देखो नजारा ग्राम बल्ले 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 बल्ला जी बल्ला लाइटा चट दी पुराने सिरा बाबे सिरा आ चीजा टनल टनल का सिरा हो गई अज ना सफल हो गया भी सफल इन्ना चीजा करके मैं गड्डी इतने आना शुरू किया नहीं जो अपना काम घरे ही सिरा सी यार सिरा साइन से आया टुकड़ी मैं सिरा कुके लगे पे बाऊ जी ओके सिरा हो गया यार अज तो साड़ी खुशी का कोई ठिकाना ही नहीं है जिन्हों कह सकते हैं गड़ी साइन से साड़ी खुशी का अज कोई ठिकाना नहीं है मैं ललकारे मारू जी करता उची उची बुरा बुरा कर इधर होर एक चीज जगाल देखो देखो इधर बांधी गल कि ना क्योंकि ढिलों ने इंजॉय नहीं करा हम दस्यो कमेंट करके भी अपना चैनल किवे सिरा के नहीं कड़ी साजन सानू दस्यो हम भी साडा चैनल तुहानू किदां लगदा आ ਕਿਉਂਕਿ ਜੜੇ ਅਸੀਂ ਕਿ ਨਹੀਂ ਜੜੇ ਦੱਸੋ ਅਸੀਂ ਤੁਹਾਡੀਆਂ ਗੱਲਾਂ 'ਚ ਪੂਰੇ ਖੜੇ ਉੱਤਰ ਰਹੇ ਹਾਂ ਕਿ ਨਹੀਂ ਯਾਰ ਬਸ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਹੈਗਾ ਅੱਜ ਮੈਂ ਤਾਂ ਖੁਸ਼ੀ ਦੇ ਨਾਲ ਪਾਗਲ ਹੋ ਗਿਆ ਯਾਰ ਸਿਰਾ ਬਸ ਗੱਲਾਂ ਐਂਡ ਹੋ ਗਈਆਂ ਮੇਰੇ ਕੋਲ ਅੱਜ ਵਰਡ ਨਹੀਂ ਹੈਗੇ ਜਿੰਨੀ ਬਿਊਟੀਫੁੱਲ ਪਲੇਸ ਲੱਗਦੀ ਪਈ ਹੈ ਨਾ ਗਾਈਜ਼ ਯੂ ਕੈਨ ਵਾਚ ਦਿਸ ਬਿਊਟੀਫੁੱਲ ਸੀਨਸ ਹੇਅਰ You can see that. OMG, what is this? Unbelievable. This is unexpected for me. अब जिंदगी सफल हो गई है मेरी तो इतने डाके बाइक मोटरसाइकिल जा रहे ऊपर ऊपर मंदिर आ गई उत्थे देखने जा रहे हैं आ देखो जी लोग दर्शक मोटरसाइकिल सड़क अग लग चुकी है जी पता नहीं कड़ी कंपनी का सीगा बट यार नजारा ना सला सौ लगे एंड सी अज अज नाल जिंदगी कदी नहीं देखे नहीं यार हाली
ਮੈਂ ਪਛਤਾਉਂਦਾ ਮੈਂ ਗੱਡੀ ਚਲਾਉਂਦਾ ਹੁੰਦਾ ਨਾ ਤੇ ਵੀਡੀਓ ਬਣਾਉਣੀਆਂ ਹੈਗੀਆਂ ਮੈਂ ਪਿੱਛੇ ਮੈਨੂੰ ਨੀਂਦ ਆ ਗਈ ਮੈਂ ਸੌ ਗਿਆ ਸੀਨ ਮਿਸ ਕਰਾ ਦਾ ਸਾਜਣ ਸਿਆ ਤੂੰ ਚਲੋ ਕੋਈ ਨੀ ਅਗਲੇ ਗੇੜੇ ਸਹੀ ਕੋਈ ਚੱਕਰ ਨੀ ਵਾਹਿਗੁਰੂ ਮਿਹਰ ਕਰੇ ਸਹੀ ਏਦਾਂ ਅਸੀਂ ਆਉਂਦੇ ਰਹੀਏ ਤੇ ਏਦਾਂ ਤੁਹਾਨੂੰ ਵੀ ਨਾਲ ਪਾਉਂਦੇ ਰਹੀਏ ਅੱਜ ਦਾ ਵਲੌਗ ਦੱਸਿਓ ਕਿੱਦਾਂ ਲੱਗਾ ਪਈ ਧੱਕ ਕੇ ਨਹੀਂ ਪਈ ਜੇ ਤੁਹਾਡੇ ਕਾਲਜ ਨੂੰ ਠੰਡ ਪੈ ਗਈ ਨਾ ਬਸ ਫਿਰ ਮੈਂ ਸਮਝੂਗਾ ਮੇਰਾ ਚੈਨਲ ਬਣਾਉਣ ਦਾ ਮਕਸਦ ਪੂਰਾ ਹੋ ਗਿਆ ਨਮਸਤੇ ਆਪਕਾ ਸਵਾਗਤ ਹੈ ਦਰਕੀ ਗਰਕੀ ਯਾਦ ਧਰਕੀ ਯਾਦ ਕਿ ਗਰਕੀ ਯਾਦ ਪਤਾ ਨਹੀਂ ਕਿਆ ਲਿਖਾ ਤਾ ਮੈਂ ਵੀ ਧਿਆਨ ਸੇ ਨਹੀਂ ਦੇਖਾ ਚਲੋ ਕੋਈ ਬਾਤ ਨਹੀਂ ਤੋ ਆਗੇ ਗੁਰਦੁਆਰਾ ਸਾਹਿਬ ਪਹੁੰਚ ਚੁੱਲੇ ਹੈ ਪਹੁੰਚਨੇ ਵਾਲੇ ਹੈ ਹਮ ਤੋ ਵਹਾਂ ਪੇ ਸਟੇ ਕਰੇਂਗੇ ਥੋੜ੍ਹਾ ਟਾਈਮ ਵਹਾਂ ਪੇ ਇੱਕ ਤੋ ਹਮਾਰਾ ਯੇ ਪੰਖਾ ਖਰਾਬ ਹੈ ਇਸਕੋ ਨਯਾ ਲੈਣੇ ਕਾ ਹੈ ਤੇ ਔਰ ਚਾਏ ਨਾ ਚਾਏ ਪੀਏਂਗੇ ਖਾਣਾ ਤੋ ਹਮ ਖਾ ਲਈਏ ਥੇ ਪਹਿਲੇ ਹੀ ਤੋ ਦੇਖਤੇ ਹੈ ਕਿਆ ਚਲ ਮਿਲਤਾ ਹੈ ਅਭੀ ਯਹਾਂ ਪੇ ਪੰਖਾ ਲੇਂਗੇ ਹਮ ਪਰ ਪਰ ਕਰਕੇ ਹਵਾ ਛੋੜੇਗਾ ਜੋ ਪੰਖਾ ਬੋਲੇ ਨਹੀਂ ਮੈਂ ਦਲਦਾ ਅਮੀਰ ਚਾਹੇ ਘਰ ਚ ਗਰੀਬੀ ਆ ਦੇਖ ਲਓ ਜੀ ਸਾਡੀ ਡਰਾਈਵਰਾਂ ਦੀ ਜ਼ਿੰਦਗੀ ਬਸ ਜਿੰਨਾ ਕੀ ਹੈ ਚਿੱਲ ਹੀ ਆ ਨਾਲ ਫਨ ਵੀ ਆ ਹੋਟਲ ਬਹੁਤ ਘੈਂਟ ਆ ਯਾਰ ਇੱਧਰ ਹਨਾ ਰਾਜਸਥਾਨ ਦੇ ਰਾਜਸਥਾਨ ਕਿਹੜਾ ਯਾਰ ਇੱਧਰ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਗੱਡੀਆਂ ਦੀ ਸਪੀਡ ਆਟੋਮੈਟਿਕਲੀ ਸਲੋਅ ਹੋਈ ਜਾਂਦੀ ਸੀ ਕਿਉਂਕਿ ਜਿੱਥੇ ਵੀ ਗੁਰਦੁਆਰਾ ਮਿਲ ਜਾਣਾ ਡਰਾਈਵਰ ਮਹਿਕਮਾ ਜਿੰਨੀ ਟੁੱਟਦ ਗੱਡੀ ਹਰੇਕ ਗੁਰਦੁਆਰਾ ਸਾਹਿਬ ਰੁਕ ਕੇ ਹੀ ਜਾਊਗੀ ਤਕਰੀਬਨ ਕਦੀ ਹੋ ਸਕਦਾ ਵੀ ਕਿਸੇ ਗੁਰਦੁਆਰਾ ਸਾਹਿਬ ਨਾ ਰੁਕੇ ਹੋਈਏ ਨਹੀਂ ਤਾਂ ਤਕਰੀਬਨ ਗੁਰਦੁਆਰਾ ਸਾਹਿਬ ਤਾਂ ਹਾਜ਼ਰੀ ਜ਼ਰੂਰ ਲੱਗਦੀ ਹੋਈ ਲੱਗਦੀ ਉਹ ਸਾਰੇ ਲੱਗ ਚੁੱਕੇ ਨੇ ਕਨੈਕਟਰ ਸਾਈਡਾਂ ਦੇ ਅਤੇ ਇੱਥੋਂ ਹੌਲੀ ਹੌਲੀ ਗੱਡੀਆਂ ਨੀਚੇ ਉਤਾਰਦੇ ਹੋਏ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਚਲੋ ਚੱਲੇ ਰੋਡ 'ਤੇ ਹੀ ਲਾ ਦੀਆਂ ਦਰਬਾਰ ਲਾਣੀ ਦੇ ਜਾਣ ਦੇ ਮਰਹਾਲ ਲੱਗ ਗਿਆ ਨੀ ਜਾਣ ਦਰਬਾਰ ਦਾ ਕੋਈ ਵਾਹਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਕਈ ਕਿਰਪਾ ਗੁਰਦੁਆਰਾ ਸਾਹਿਬ ਕੀ ਇਹ ਕਿਹੜਾ ਗੁਰਦੁਆਰਾ ਇਤਿਹਾਸਿਕ ਆ ਕੋਈ ਆ ਵੈਸੇ ਹੀ ਆ ਇਤਿਹਾਸਿਕ ਆ ਚਲੋ ਆਪਾਂ ਇਤਿਹਾਸ ਪਤਾ ਕਰਕੇ ਤੁਹਾਨੂੰ ਦੱਸਦੇ ਹਾਂ ਪਤਾ ਸਾਨੂੰ ਵੀ ਕੁਛ ਨਹੀਂ ਹੈਗਾ ਅਸੀਂ ਵੀ ਪਹਿਲੀ ਵਾਰੀ ਆਏ ਹਾਂ ਇੱਧਰ ਗੁਰਦੁਆਰਾ ਸਾਹਿਬ ਵਾਹਿਗੁਰੂ ਸੱਚਾ ਪਾਤਸ਼ਾਹ ਕਰੀ ਕਿਰਪਾ ਬਾਬੇ ਮਾਰਨੀਆਂ ਹੋ ਚੁੱਕੀਆਂ ਅਗਲੇ ਦਿਨ ਦੀਆਂ ਹੁਣ ਖੜ੍ਹੇ ਹਾਂ ਪੂਰੀ ਰਾਤ ਗੱਡੀਆਂ ਚਲਾਈਆਂ ਧੱਕ ਪਾਈ ਹੈ ਪੂਰੀ ਅਤੇ ਆਪਾਂ ਪਹੁੰਚ ਗਏ ਹਾਂ ਜੈਪੁਰ ਪਾਰ ਕਰ ਲਿਆ ਆਗਰੇ ਦੇ ਕੋਲ ਹਾਂ ਆਹ ਦੇਖੋ ਜੀ ਮੇਘ ਹੋ ਗਈ ਪਸੰਦ ਕਰਨਾ ਗਾ ਲਾਉਣੇ ਅੱਜ ਗਾੜੇ ਦੇ ਵੀ ਆਉਣਾ ਬਹੁਤ ਭਾਜੀ ਅੰਦਰ ਨਾ ਗਈ ਹੋਵੇ ਟਾਇਰ ਦੇ ਨਹੀਂ ਤਾਂ ਬਾਹਰੀ ਨੁਕਸਾਨ ਉਠਾਉਣਾ ਪੜ ਸਕਦਾ ਮੇਰੀ ਨੰਬਰ ਪਲੇਟ ਦਾ ਕੀ ਹਾਲ ਹੋ ਗਿਆ ਡਿੱਗੀ ਫਿਰਦੀ ਏ ਰੰਗ ਲਾਲ ਹੋ ਗਿਆ ਹੁਣ ਆਪਾਂ ਚੱਕਣੇ ਆਪਣੇ ਹਜ਼ਾਰ ਦੇਖੋ ਮੌਸਮ ਦੇਖੋ ਜੀ ਇੱਦਾਂ ਮਗਰ ਪਹਾੜੀਆਂ ਵੀ ਦੇਖ ਲਓ ਕਰਾਂ ਕਿੱਦਾਂ ਕੀ ਹਾਲ ਚਾਲ ਆ ਸੈੱਟ ਆ ਬੀਟ ਬਾਟ ਓਕੇ ਆ ਹਾਏ ਨੀ ਬੀਬੀ ਗੱਡੀ ਚਲਾਉਣ ਤੋਂ ਬਾਅਦ ਲਗਾਤਾਰ ਬੁਰੀ ਰਾਤ ਲਾਉਣ ਤੋਂ ਬਾਅਦ ਹੱਥ ਕੰਮ ਨਹੀਂ ਕਰਦੇ ਹੁੰਦੇ ਹਾਏ ਚਲੋ ਬਾਏ ਮੈਂ ਕੱਢ ਲਾਂ ਮੇਖ ਫਿਰ ਮਿਲਦੇ ਹਾਂ ਸਾਨ ਹੋ ਗਿਆ ਟਾਇਰ ਹੋ ਗਿਆ ਪੈਂਚਰ ਅਤੇ ਹੁਣ ਆਪਾਂ ਲੱਗੇ ਹਾਂ ਖੋਲ੍ਹਣ ਅਸਲਾ ਅਸੀਂ ਲਿਆ ਕੱਢ ਅਤੇ ਰਾੜ ਲਿਆ ਜੈਕ ਲਾ ਅਤੇ ਮੈਂ ਖੋਲ੍ਹਦਾ ਨਾਲ ਤੱਕ ਜਾ ਪਿੰਡ ਆ ਯੂਰਿਕ ਐਸਿਡ ਵਾਲਾ ਲਾ ਲਾ ਯੂਰਿਕ ਰਾਤ ਦੀ ਕਿਤੇ ਵੱਜੀ ਆ ਉਵੇਂ ਤੁਰੀ ਆਈ ਹੁਣ ਮੈਂ ਪੱਟਣ ਲੱਗਾ ਸ਼ੂਜ ਹੀ ਕੀਤੀ ਮੈਂ ਨਾ ਹੀ ਪੱਟੀ ਹੁਣ ਇਹਨੂੰ ਮੇਖ
बिलो जी की पख साडा पूरदी है नक साडी एक वार कण ना कोई दूजी है ना तीजी आ मुंडा फैन बनाउंदा जां ताणी तों जथों दी लंघदा नी ਸਸੀਕਾਲ ਜੀ ਕਿੱਦਾਂ ਕੀ ਹਾਲ ਚਾਲ ਤੇ ਆਪਣਾ ਵਲੌਗ ਹੋ ਗਿਆ ਸ਼ੂਟ ਇਹ ਵਧੀਆ ਪਹਾੜੀ ਦੀ ਲੋਕੇਸ਼ਨ ਆ ਤੁਸੀਂ ਲੋਕੇਸ਼ਨ ਵੇਖ ਲਈ ਉਸ ਤੇ ਦੱਸਿਓ ਜ਼ਰੂਰ ਕਿੱਦਾਂ ਲੱਗੀ ਤੇ ਕਮੈਂਟ ਜ਼ਰੂਰ ਕਰਿਓ ਪਲੀਜ਼ ਸ਼ੇਅਰ ਵੀ ਕਰ ਦਿਓ ਅੱਗੇ ਤੋਂ ਅੱਗੇ ਤੇ ਹੁਣ ਆਪਾਂ ਨੇ ਨਹਾ ਨੂ ਲਿਆ ਚਾਹ ਪੀ ਲਈ ਆ ਪੂਰੀ ਰਾਤ ਲਾਈ ਆ ਸੁੱਤੇ ਨਹੀਂ ਆਪਾਂ ਤੇ ਹੁਣ ਫਿਰ ਚਲੋ ਵਾਹਿਗੁਰੂ ਦਾ ਲੈ ਕੇ ਉਡਾ ਸਰਾਪਤ ਲੱਗਿਆ ਤੁਰਨ ਤੋਂ ਹੁਣ ਆਪਾਂ ਹੈਗੇ ਹਾਂ ਐਕਚੁਅਲੀ ਅਸੀਂ ਹੈਗੇ ਹਾਂ ਇਸ ਟਾਈਮ ਜੈਪੁਰ ਪਾਰ ਕਰਕੇ ਆਗਰੇ ਵਾਲੇ ਰੋਡ 'ਤੇ ਹਾਂ ਆਗਰੇ ਨੂੰ ਜਾ ਰਹੇ ਹਾਂ ਸੋ ਸਾਰੇ ਵੀਰ ਭਰਾ ਸਪੋਰਟ ਕਰੋ ਯਾਰ ਹੁਣ ਨਹਾ ਨੂ ਗਿਆ ਇੱਕ ਵਾਰੀ ਫਰੈਸ਼ ਹੋ ਗਏ ਅਤੇ ਲੱਗਿਆ ਤੋਂ ਤੁਰਨਾ ਆਪਾਂ ਅਤੇ ਵਾਹਿਗੁਰੂ ਦੀ ਕਿਰਪਾ ਆ ਸਭ ਕੁਝ ਓਕੇ ਟਾਇਰ ਪੈਂਚਰ ਹੋ ਗਏ ਸੀ ਟਾਇਰ ਲੱਗ ਚੁੱਕਿਆ ਪੈਂਚਰ ਨਹਾ ਲਿਆ ਸਾਹਮਣੇ ਅਤੇ ਲੈ ਕੇ ਵਾਹਿਗੁਰੂ ਦਾ ਓਟ ਆਸਰਾ ਲੱਗਿਆ ਇੱਥੋਂ ਤੁਰਨਾ ਅਤੇ ਇਸ ਬਾਇਓ ਦਾ ਇੰਸਟਾਗ੍ਰਾਮ ਦਾ ਲਿੰਕ ਮੇਰੇ ਡਿਸਕ੍ਰਿਪਸ਼ਨ 'ਚ ਪਿਆ ਹੋਊਗਾ ਤੁਸੀਂ ਉੱਥੇ ਜਾ ਕੇ ਜ਼ਰੂਰ ਫੋਲੋ ਜ਼ਰੂਰ ਕਰਿਓ ਉੱਥੇ ਵੀ ਵਧੀਆ ਆਪਾਂ ਵੀਡੀਓਜ਼ ਪਾਏ ਰਹਿੰਦੇ ਹਾਂ ਪਹਾੜਾਂ ਵਗੈਰਾ ਦੀਆਂ ਉੱਥੇ ਗਾਣੇ ਲਾ ਕੇ ਇੱਥੇ ਆਪਾਂ ਗਾਣੇ ਨਹੀਂ ਲਾ ਸਕਦੇ ਕਿਉਂਕਿ ਤੁਸੀਂ ਸਭ ਕੁਝ ਜਾਣ ਸਕਦੇ ਹੋ ਕਾਪੀਰਾਈਟ ਦਾ ਇਸ਼ੂ ਹੁੰਦਾ ਹੋ ਰਿਹਾ ਵਗੈਰਾ ਸੋ ਸਾਰੇ ਵੀਰ ਭਰਾ ਜ਼ਰੂਰ ਫੋਲੋ ਕਰਿਓ ਇੰਸਟਾਗ੍ਰਾਮ 'ਤੇ ਤੁਹਾਨੂੰ ਇੰਸਟਾਗ੍ਰਾਮ ਦੇ ਦੋ ਅਕਾਊਂਟਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਇੱਥੇ ਮੇਰੀ ਬਾਇਓ 'ਚ ਅਤੇ ਇੱਕ ਮੇਰਾ ਆ ਇੱਕ ਮੇਰੇ ਐਡੀਟਰ ਦਾ ਆ ਤੁਸੀਂ ਕੋਈ ਗੱਲਬਾਤ ਹੁੰਦੀ ਉੱਥੇ ਕਰ ਸਕਦੇ ਹੋ ਆਪਾਂ ਨੇ ਲੱਦੀ ਹੋਈ ਆ ਲੁੱਕ ਅਤੇ ਸਿਰਾ ਗੱਲਬਾਤ ਆ ਇੱਧਰ ਚੋਬਰ ਵੀ ਨਹਾ ਕੇ ਆ ਗਿਆ ਐਂਡ ਹੋ ਗਿਆ।